ਹਾਂਜੀ ਸੱਸੀ ਕੱਲ ਵੀ ਸਾਰਿਆਂ ਨੂੰ ਦਿਸ ਇਜ਼ ਅ ਸ਼ੇਰਪੁੱਤ ਹਾਂਜੀ ਭਾਈ ਅੱਜ ਮੇਰਾ ਵੀਡੀਓ ਬੇਸਿਕਲੀ ਸਾਰੇ ਲੋਕਾਂ ਨੂੰ ਪਤਾ ਹੀ ਹੋਣਾ ਕਿ ਕਿਸ ਦੇ ਬਾਰੇ ਮੈਂ ਡਿਸਕਸ ਕਰ ਰਿਹਾ ਤੇ ਮੈਂ ਅੱਜ ਮੈਂ ਕਿਹਾ ਵੀ ਸੀ ਮੈਂ ਉਸ ਬੰਦੇ ਬਾਰੇ ਡਿਸਕਸ ਕਰਨਾ ਹੈ ਜਿਹਦੇ ਕਰਕੇ ਇੱਕ ਸਪੈਸੀਫਿਕ ਬੰਦਾ ਨਹੀਂ ਹੈਗਾ ਸਾਰਾ ਪੰਜਾਬੀ ਚ ਵੀਡੀਓ ਮਿਕਸ ਹਿੰਦੀ ਵੀ ਕਰੂੰਗਾ ਬਟ ਜੋ ਕੁਝ ਹੋਇਆ ਕੱਲ ਵਾਪਰੇ ਸੀ ਲਾਲ ਕਿਲੇ ਚ ਉਹਦੇ ਬਾਰੇ ਮੇਰਾ ਵੀਡੀਓ ਹੈ ਪਹਿਲੀ ਚੀਜ਼ ਤਾਂ ਮੈਂ ਇਹ ਗੱਲ ਕਹਦਾ ਕਿ ਕਿਸਾਨ ਆंदोलन ਜਾਰੀ ਰਹੇਗਾ ਪਾਸੇ ਕਰ ਦੋ ਇਸ ਕੱਲੇ ਜੋ ਹੋਇਆ ਮੈਂ ਕਹਿਣਾ ਕਿ ਉਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜੋ ਕੁਝ ਹੋਇਆ ਉਹਦੇ ਵਿੱਚ ਕੁਝ ਪਲਾਨਡ ਨਹੀਂ ਸੀ ਮੈਂ ਤੁਹਾਨੂੰ ਦੱਸਾਂ किसान आगू जेकर कह रहे एक कहावत है अगर कप्तान कहता कि तू लोंग ऑफ से खड़ा हो जा तो शिका वजना उ तू कू उ पॉइंट त खिलोगा बई एक बंदा कहेगी कप्तान है कप्तान कहे क्रिकेट टीम का या किसी का बई लोंग ऑफ में खड़ा हो जा कोहली कहते लोंग ऑफ में खड़ा तो तुम पॉइंट में क्यों जाओगे वहां तो कट मारते हैं और उसने भाई ने फिर चक्का मार दे कहने का भाव ये है कि जो कप्तान कह रहा तुम उसके उल्टा कर रहे हो ਤੁਸੀਂ ਉਹਨਾਂ ਆਗੂਆਂ ਦੇ ਅਗੇਂਸਟ ਜਾ ਰਹੇ ਹੋ ਤੇ ਇਹ ਸਭ ਤੇ ਆਪਣਾ ਹੀ ਸੀ ਇਹ ਸਭ ਜਿਹੜਾ ਕੋਈ ਹੈ ਇਹ ਸਭ ਤੇ ਹੋਣਾ ਹੀ ਸੀ ਜਿਹੜਾ ਵਾਪਰੇ ਸੀ ਕੱਲ ਸਮਝ ਰਹੇ ਹੋ ਤੁਹਾਨੂੰ ਕਿਸਾਨ ਤੁਹਾਨੂੰ ਕਿੰਨੇ ਕਿਹਾ ਸੀ ਲਾਲ ਕਿਲੇ ਤੇ ਜਾਣਾ ਕਿੰਨੇ ਕਿਹਾ ਸੀ ਇਹ ਗੰਦ ਪਾਣਾ ਪਹਿਲੀ ਗੱਲ ਦੂਜੀ ਗੱਲ ਜਿਹੜੇ ਆਪਦੇ ਇਹ ਜਿਹੜੇ ਨੇ ਨਾ ਨਾਮ ਪਤਾ ਹੀ ਨਹੀਂ ਸਾਰਿਆਂ ਨੂੰ ਲੱਖਾ ਸਿਧਾਣਾ ਦੀਪ ਸਿੱਧੂ ਇੱਕ ਦੋ ਹੋਰ ਨੇ ਬਾਈ ਜੀ ਤੁਹਾਡੀ ਸਾਰਿਆਂ ਦੀ ਅਸੀਂ ਰਿਸਪੈਕਟ ਕਰਦੇ ਆਂ ਲੱਖਾ ਬਾਈ ਥੋਡੀ ਵੀ ਕਰਦੇ ਆਂ ਦੀਪ ਬਾਈ ਥੋਡੀ ਵੀ ਕਰਦੇ ਆਂ ਲੇਕਿਨ ਇਹ ਜਿਵੇਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਆਪਣੇ ਪੰਜਾਬ ਦੇ ਅੰਦਰ ਉਸ ਟਾਈਮ ਬਾਬੇ ਬਜ਼ੁਰਗ ਲੋਕੀ ਆਏ ਸਨ ਨਾਲੇ ਉਹਨਾਂ ਦੀਆਂ ਦੇਖੋ ਘਰ ਦੀਆਂ ਬੱਚੇ ਇਹ ਸਾਰੇ ਬੰਦੇ ਆਏ। ਉਹਦੇ ਬਾਅਦ ਯੂਥ ਆਇਆ। ਤੇ ਜਦੋਂ ਯੂਥ ਆਇਆ ਤੇ ਤੁਸੀਂ ਜਾਣਦੇ ਆ ਉਥੇ ਆਪਣਾ ਸਪੀਚ ਦੇਣੇ ਆ ਭਾਸ਼ਣ ਦੇਣੇ ਆ। ਉਥੇ ਸਟੇਜ ਤੇ ਖੜ ਕੇ ਤੇ ਉਥੇ ਕੀ ਇੱਕ ਨਵਾਂ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਭਾਈ ਸਾਡਾ ਕੰਮ ਹੈ ਮੈਚ ਜਿੱਤਣਾ। ਮੈਚ ਹਰਨਾ ਨਹੀਂ ਆ ਮੈਚ ਡਰਾ ਨਹੀਂ ਕਰਾਉਣਾ ਸੀ। ਗੱਲ ਸਮਝ ਰਹੇ? ਤੇ ਮੈਂ ਇਹ ਗੱਲ ਕਹਿਣਾ ਚਾਹੁੰਨਾ ਮੇਰੇ ਵੀਰੋਂ ਕਿ ਆ ਜਿਹੜੇ ਅਨਵਾਂਟਡ ਐਲੀਮੈਂਟ ਨੇ ਨਾ ਇਨਕਲੂਡਿੰਗ ਦੀਪ ਸਿੱਧੂ ਲੱਖਾ ਸਿਧਾਣਾ ਇਹਨਾਂ ਤੋਂ ਦੂਰ ਰੋ ਦੀਪ ਸਿੱਧੂ ਆਪਣੀ ਗੱਲ ਕਹਿੰਦਾ ਹੋਏਗਾ ਭਈ ਇਹ ਹੈ ਉਹ ਹੈ ਉਹਦੇ ਕਰਕੇ ਸਾਡੀ ਯੂਥ ਪਟਕ ਰਹੀ ਜਿਹਦੇ ਕਰਕੇ ਉਹ ਇਦਾਂ ਕਾਰੇ ਕਰ ਰਿਹਾ ਮੈਂ ਨਿਸ਼ਾਨ ਸਾਹਿਬ ਦੀ ਵੀ ਗੱਲ ਕਰਾਂਗਾ ਆਖਿਰਲੇ ਵਿੱਚ ਮੈਂ ਕਰਾਂਗਾ ਉਹਦੇ ਕਰਕੇ ਜੋ ਕਿਸਾਨ ਆંદੋਲਨ ਹੈ ਉਹਦੇ ਵਿੱਚ ਫਿਰ ਖਲਲ ਪੈ ਰਹੀ ਹੈ ਆਖਿਰ ਦੇ ਰਿਜ਼ਲਟ ਕੀ ਹੁੰਦਾ ਰਿਜ਼ਲਟ ਇਹ ਹੁੰਦਾ ਕਿ ਜਿਹੜੇ ਕਿਸਾਨ ਆਗੂ ਨੇ ਉਹਨਾਂ ਡਿਸਓਨ ਕਰਤਾ ਡਿਸਓਨ ਕਰਤਾ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਜੇਕਰ ਤੁਹਾਨੂੰ ਤੁਹਾਡਾ ਕਪਤਾਨ ਆਪ ਦਾ ਕਪਤਾਨ ਇਹ ਆਖਦਾ ਜੇਕਰ ਤੁਸੀਂ ਜਾਣਾ ਹੀ ਨਹੀਂ ਦਿੱਲੀ 'ਚ 3 ਕਿਲੋਮੀਟਰ ਤੋਂ ਵੱਧ ਤੁਸੀਂ ਜਾਣਾ ਹੀ ਨਹੀਂ 3 ਕਿਲੋਮੀਟਰ ਸੇ ਜ਼ਿਆਦਾ ਜ਼ਿਆਦਾ ਘੁਸਣਾ ਹੀ ਨਹੀਂ ਆਪਕੋ ਤਾਂ ਆਪ ਲਾਲ ਕਿਲੇ ਦੇ ਉੱਪਰ ਕਿਉਂ ਜਾ ਰਹੇ ਆਂ ਆਪਕੋ ਦਿੱਲੀ ਮੇਂ ਦਿਲ ਜਿੱਤਨੇ ਜਾਣਾ ਥਾ ਦਿੱਲੀ ਫਤਿਹ ਨਹੀਂ ਕਰਨੀ ਥੀ ਦਿਲ ਜਿੱਤਣ ਜਾਣਾ ਸੀ ਔਰ ਉਹਦੇ ਕਰਕੇ ਹੁਣ ਇਹਦਾ ਰੈਪਰਕਸ਼ਨ ਕੀ ਹੋ ਰਿਹਾ ਹੈ ਇਹਦਾ ਜਿਹੜਾ ਸਾਈਡ ਇਫੈਕਟ ਇਹ ਹੋ ਰਿਹਾ ਹੈ ਕਿ ਸਾਡੇ ਗੋਦੀ মিডিਆ ਨੂੰ ਮੌਕਾ ਮਿਲ ਗਿਆ ਗੋਦੀ মিডিਆ ਨੂੰ ਮੌਕਾ ਮਿਲ ਗਿਆ ਤੇ ਉਹਦੇ ਕਰਕੇ ਉਹ ਸਿੱਖ ਕੌਮ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਪੰਜਾਬ ਵਾਲਿਆਂ ਨੂੰ ਟਾਰਗੇਟ ਕਰ ਰਹੇ ਜੋ ਕਿ ਨਹੀਂ ਬਣਦਾ ਚਲੋ ਜੀ ਇਹ ਗੱਲ ਹੋ ਗਈ ਹੁਣ ਆਨੇ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦੀ ਮੈਂ ਗੱਲ ਕਰ ਲੈਣਾ ਬਈ ਜੋ ਨਿਸ਼ਾਨ ਸਾਹਿਬ ਕੱਲ ਚੁਲਾਇਆ ਹੈ ਪਹਿਲੀ ਚੀਜ਼ ਤਾਂ ਮੈਂ ਇਹ ਗੱਲ ਕਲੀਅਰ ਕਰਦਾ ਨਾ ਨਿਸ਼ਾਨ ਸਾਹਿਬ ਉੱਥੇ ਚੁਲਾਇਆ ਤੇ ਤਿਰੰਗਾ ਵਿੱਚੋਂ ਵਿੱਚ ਲੱਗਿਆ ਹੋਇਆ ਤੇ ਹਾਲੇ ਵੀ ਝੂਲ ਰਿਹਾ ਉਹ ਉਹਦੇ ਤੋਂ ਥੋੜਾ ਜਿਹਾ ਅੱਢ ਇੱਕ ਥਾਂ ਤੇ ਉਹਨਾਂ ਨੇ ਦੋ ਝੰਡੇ ਲਾਏ ਇੱਕ ਕੇਸਰੀ ਜਿਹੜਾ ਨਿਸ਼ਾਨ ਸਾਹਿਬ ਹੈ ਇੱਕ ਕਿਸਾਨੀ ਝੰਡਾ ਦੂਜਾ ਪੀਐਮ ਜਿੱਥੇ ਸਪੀਚ ਦਿੰਦਾ ਹੈ ਉੱਥੇ ਉਹਨਾਂ ਨੇ ਝੰਡਾ ਲਾ ਕੇ ਝੰਡਾ ਲਾ ਕੇ ਤਿਰੰਗਾ ਉਹ ਲਾਇਆ ਹੈ ਆਪ ਦਾ ਨਿਸ਼ਾਨ ਸਾਹਿਬ ਜੋ ਕਿ ਮੇਰੇ ਹਿਸਾਬ ਨਾਲ ਇੱਕ ਮਾੜੀ ਗੱਲ ਇਹ ਹੋਈ ਹੈ ਕਿ ਉਹਨੇ ਝੰਡੇ ਨੂੰ ਸੁਟਿਆ ਹੈ ਤਿਰੰਗੇ ਨੂੰ ਤੇ ਬਾਈ ਤਿਰੰਗੇ ਦਾ ਅਪਮਾਨ ਤੇ ਅਸੀਂ ਵੀ ਨਹੀਂ ਕਰਦੇ ਕਿਉਂਕਿ ਮੈਂ ਵੀ ਇੰਡੀਆ ਨਾਲ ਸਾਰੇ ਸਿੱਖ ਵੀਰ ਵੀ ਇੰਡੀਅਨ ਨੇ ਲੇਕਿਨ ਇਹ ਹੋ ਕਿਉਂ ਰਿਹਾ ਹੈ ਮੈਂ ਕਹਿਣਾ ਕਿ ਹੋ ਸਕਦਾ ਹੈ ਕਿ ਇਹਦੇ ਵਿੱਚ ਇਹ ਹੋ ਕਿਉਂ ਰਿਹਾ ਹੈ ਤਾਂ ਰੀਜ਼ਨ ਜਾਨਣਾ ਜ਼ਰੂਰੀ ਹੈ ਇਹਨਾਂ ਨੇ ਜਾਨ ਮੈਂ ਕਹਿਣਾ ਕਿ ਮਤਲਬ ਤੁਸੀਂ ਕਹਿ ਸਕਦੇ ਆ ਕਿ ਬਈ ਇੰਟੈਂਸ਼ਨਲੀ ਨਹੀਂ ਸਾਰਾ ਹਾ ਹੁੱਲੜਵਾਜੀ ਉਹਦੇ ਵਿੱਚ ਇਹਨਾਂ ਨੇ ਝੰਡਾ ਲਾ ਕੇ ਥੱਲੇ ਸੁਟਿਆ ਫਿਰ ਨਿਸ਼ਾਨ ਸਾਹਿਬ ਕੇਸਰੀ ਚਲਾਤਾ ਹੁਣ ਇਹ ਜਿਹੜਾ ਇਹਦੇ ਕਰਕੇ ਜਿਹੜਾ ਰਿਜ਼ਲਟ ਹੋਇਆ ਇਹਦੇ ਵਿੱਚ ਜਿਹੜਾ ਸੀਨ ਹੋਇਆ ਉਹ ਇਹ ਹੋਇਆ ਕਿ ਸਾਨੂੰ ਬੰਦੇ ਗਾਲਾਂ ਕੱਢ ਰਹੇ ਆ ਕਿ ਇਹ ਤਾਂ ਖਾਲੀ ਸਾਨੀ ਝੰਡੇ ਚੁਲਾਤੇ ਉਥੇ ਸਾਨੂੰ ਜਵਾਬ ਦੇਣਾ ਪੈ ਰਿਹਾ ਤੇ ਹੋ ਕਿਉਂ ਰਿਹਾ ਇਹ ਹੋ ਇਸ ਕਰਕੇ ਰਿਹਾ ਇਹ ਜਿਹੜੇ ਸਿੰਗਰ ਨੇ ਜਿਹੜੇ ਪੇਜਾਂ ਵਾਲੇ ਨੇ ਦੀਪ ਸਿੱਧੂ ਲੱਖਾ ਸਧਾਨਾ ਸਿੰਗਰਾ ਸੁngਰਾ ਇਹਨਾਂ ਨੂੰ ਪਾਸੇ ਮਾਰੋ ਪਾਸੇ ਕਰੋ ਕਿਸਾਨ ਅੰਦੋਲਨ ਸਿਰਫ ਕਿਸਾਨ ਚਲਾਏਗਾ ਇਹ ਸਿੰਗਰ ਸੁngਰ ਸਟੇਜ ਤੇ ਤੁਸੀਂ ਆਣ ਦਿੰਦੇ ਆ ਆ ਆਣਦੇ ਨੇ ਇਹਨਾਂ ਨੂੰ ਠੀਕ ਹੈ ਇਹਨਾਂ ਇਹਨਾਂ ਨੇ ਗਾਣੇ ਕੱਢਦੇ ਨੇ ਮੈਕਸ ਟੂ ਮੈਕਸ ਕਰਨਾ ਕੀ ਹੈ ਮੈਂ ਮੰਨਣਾ ਇਹ ਵੀ ਇਹਨਾਂ ਦਾ ਪਿਸ਼ੋਕੜ ਵੀ ਕਿਸਾਨੀ ਹੈ ਲੇਕਿਨ ਉਹਦਾ ਜਿਹੜਾ ਉਹਦੇ ਕਰਕੇ ਜਿਹੜੀ ਯੂਥ ਹੈ ਨਾ ਗਾਣੇ ਕੱਢਦੇ ਆ ਸਾਰਾ ਕੁਝ ਹੁੰਦਾ ਤੇ ਉਹ ਯੂਥ ਜਿਹੜੀ ਆ ਉਹ ਵਰਗ ਲਾਂਦੀ ਹੁਣ ਯੂਥ ਨੂੰ ਅੱਧੀ ਜਿਹੜੀ ਯੂਥ ਹੈ ਉਹ ਜਮਾਈ ਮੈਨੂੰ ਫੁੱਦੂ ਲੱਗੀ ਜਿਹੜਾ ਕੱਲ ਉਹ ਕੰਮ ਕੀਤਾ ਉਹਨਾਂ ਨੇ ਕਾਰਾ ਕੀਤਾ ਲਾਲ ਕਿਲੇ ਵਿਖੇ ਉਹ ਬੰਦੇ ਉਹ ਪੀੜਾਂ ਵਾਂਗੂ ਇੱਥੇ ਬਈ ਤੂੰ ਟੀਕਾ ਮਾਰਤੀਆਂ ਇੱਧਰ ਆ ਜਾਓ ਉੱਥੇ ਟੀਕਾ ਮਾਰਤੀਆਂ ਇੱਧਰ ਆ ਜਾਓ ਇਹ ਕੰਮ ਨਹੀਂ ਕਰਨਾ ਯਾਰ ਅਸੀਂ ਦਿਲ ਦਿੱਲੀ ਗਏ ਸਾਂ ਦਿਲ ਦਿੱਲੀ ਆਪਾਂ ਗਏ ਆ ਤੇ ਉਹ ਦਿਲ ਜਿੱਤਣ ਗਏ ਆ ਸਾਡਾ ਦੇਸ਼ ਨਾਲ ਕੋਈ ਵੈਰ ਨਹੀਂ ਸਿੱਖ ਕੌਮ ਹਮੇਸ਼ਾ ਦੇਸ਼ ਲਈ ਰਹੀ ਹੈ ਔਰ ਦੇਸ਼ ਨਾਲ ਰਵਾਂਗੇ ਖੜੇ ਹਾਂ ਠੀਕ ਹੈ ਔਰ ਇਹ ਅਨਵਾਂਟਡ ਐਲੀਮੈਂਟ ਨੂੰ ਆਲਰੇਡੀ ਡਿਸਹਾਨ ਕਰਤਾ ਹੈ ਇਹਨਾਂ ਇਹ ਵਰਗਲਾਏ ਦੀਪ ਸਿੱਧੂ ਲੱਖਾ ਸਢਾਣਾ ਨਾਲੇ ਹੋਰ ਵੀ ਸਿੰਗਰ ਇਹਨਾਂ ਨੂੰ ਪਾਸੇ ਮਾਰੋ ਹੁਣ ਕੋਈ ਵੀ ਸਿੰਗਰ ਜਾਂ ਕੋਈ ਵੀ ਹੈ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਇਹਨਾਂ ਨੂੰ ਨਾ ਆਣ ਦਿਓ ਸਟੇਜ ਤੇ ਮੇਰੀ ਮੇਰੀ ਬੇਨਤੀ ਆ ਮੇਰੀ ਮੈਂ ਮੈਂ ਬੇਨਤੀ ਮੈਂ ਉਹਨਾਂ ਦੇ ਚਰਨਾਂ 'ਚ ਬੰਨ ਕਰਨਾ ਚਾਹੁੰਦਾ ਕਿਸਾਨ ਆਗੂਆਂ ਦੇ ਕਿ ਇਹ ਜਿੰਨੇ ਵੀ ਜਿੰਨੇ ਵੀ ਕਿਸਾਨ ਆਗੂ ਨੇ ਇਹਨਾਂ ਸਿੰਗਰਾਂ ਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਤੁਸੀਂ ਸਟੇਜ ਤੇ ਚੜਨ ਨਾ ਦਵੋ ਇਹਦੇ ਕਰਕੇ ਯੂਥ ਜਿਹੜੀ ਐ ਸਿੱਧੇ ਰਾਤੋਂ ਭਟਕਦੀ ਐ ਉਹ ਪੁੱਠੇ ਪਾਸੇ ਫਿਰ ਏਕ ਲਾਲ ਕਿਲੇ ਵਾਲੇ ਕੰਮ ਹੁੰਦੇ ਆ ਉਹਦੇ ਕਰਕੇ ਲੋਕੀ ਸਿਰ ਸਿੱਖ ਕੰਮ ਨੂੰ ਗਾਲਾਂ ਕੱਢ ਰਹੇ ਆ ਤੇ 4 ਮਹੀਨੇ ਦੀ ਜਿਹੜੀ ਮਿਹਨਤ ਐ ਨਾ ਉਹਦੇ ਪਾਣੀ ਨਾ ਫੇਰ ਦਿਓ ਹਾਲੀ ਬਚ ਗਈ ਹੈ ਮਾਮਲਾ ਸੈਟਲ ਆਊਟ ਕਰ ਲਾਂਗੇ ਕਰ ਵੀ ਲਿਆ ਹਲੇ ਕੁਝ ਇੰਨਾ ਗਾ ਨਹੀਂ ਪਿਆ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ ਕਿਸੇ ਨੇ ਕੁਝ ਕੀਤਾ ਨਹੀਂ ਜ਼ਿਆਦਾ ਨਹੀਂ ਹੋਇਆ ਲੇਕਿਨ ਇੱਕ ਬੰਦਾ ਵੀ ਮਾਰ ਗਿਆ ਸਟੰਡ ਕਰਦਾ ਘਟਦਾ ਉਹ ਵੀ ਡਰਾਮਾ ਹੋਇਆ ਤੇ ਬਾਈ ਇੰਨਾ ਗਾ ਇੰਨਾ ਖੱਪ ਖਾਣਾ ਪੈ ਰਿਹਾ ਹੈ ਤੇ ਇਹਦਾ ਥੋੜਾ ਧਿਆਨ ਰੱਖੋ ਯਾਰ ਹੈ ਕਿਸਾਨ ਅੰਦੋਲਨ ਹੈ ਨੂੰ ਕਿਸਾਨ ਅੰਦੋਲਨ ਨੂੰ ਕਿਸਾਨ ਅੰਦੋਲਨ ਦੇ ਤਰਾਹੀ ਇਹਨਾਂ ਨੂੰ ਇਹਨੂੰ ਜਾਰੀ ਇਹਨੂੰ ਚੱਲਣ ਦੋ ਮੇਰੇ ਸੋਸ਼ਲ ਮੀਡੀਏ ਜਿਹਨੇ ਸੋਸ਼ਲ ਮੀਡੀਆ ਵਾਲੇ ਨੇ ਸਿੰਗਰ ਨੇ ਇਨਾ ਸਾਰੇ ਭਾਈ ਤੁਸੀਂ ਪਾਸੇ ਹੋ ਜੋ ਤੁਹਾਡਾ ਕੰਮ ਨਹੀਂ ਹੈ ਹੁਣ ਕਿਸਾਨਾਂ ਨੂੰ ਆਪ ਦੀ ਲੜਾਈ ਆਪੇ ਲੜਨ ਦੋ ਇਹ ਗੱਲ ਖਾਨੇ ਪਾ ਲੋ ਆਪਣੇ ਉਹ ਥੋੜੇ ਕਰਕੇ ਇਹ ਸਾਰਾ ਗਾ ਪੈ ਰਿਆ ਯੂਥ ਜਿਹੜੀ ਆ ਉਹ ਪੁੱਠੇ ਪਾਸੇ ਜਾ ਰਹੀ ਹੈ ਹੁਣ ਮੈਂ ਨਿਸ਼ਾਨ ਸਾਹਿਬ ਦੀ ਗੱਲ ਕਰ ਲੈਣਾ ਨਿਸ਼ਾਨ ਸਾਹਿਬ ਨੂੰ ਲੁੱਕੀ ਖਾਲਿਸਤਾਨੀ ਝੰਡਾ ਆਖ ਰਹੇ ਜਿੰਨੇ ਵੀ ਬੇਫਕੂ ਫੁੱਦੂ ਕਟਿਆ ਬੰਦੇ ਨੇ ਉਹਨਾਂ ਨੂੰ ਮੈਂ ਇਹ ਗੱਲ ਕਹਦਾ ਨਾ ਕਿ ਇਸ ਚੀਜ਼ ਨੂੰ ਧਾਰਮਿਕ ਐਂਗਲ ਦੇਣ ਦੀ ਕੋਈ ਕੋਸ਼ਿਸ਼ ਨਾ ਕਰੇ ਉਹ ਸਾਡਾ ਨਿਸ਼ਾਨ ਸਾਹਿਬ ਕੇਸਰੀ ਹੈ ਇਹ ਉਸ ਟਾਈਮ ਦਾ ਐਗਜ਼ਿਸਟ ਕਰਦਾ ਉਸ ਟਾਈਮ ਦਾ ਇਹ ਹੈਗਾ ਉਸ ਟਾਈਮ ਤਿਰੰਗੇ ਨਹੀਂ ਹੁੰਦੇ ਸੀ ਉਸ ਟਾਈਮ ਕੋਈ ਕੋਈ ਦੂਜੇ ਦੇਸ਼ ਦੇ ਝੰਡੇ ਨਹੀਂ ਹੁੰਦੇ ਸੀ ਨਿਸ਼ਾਨ ਸਾਹਿਬ ਅਸੀਂ ਹਮੇਸ਼ਾ ਚੁਲਾਇਆ 18 19 ਵਾਰ ਦਿੱਲੀ ਫਤਹਿ ਕੀਤੀ ਔਨ ਰੈਕਡ ਹੈ ਲੋਕਾਂ ਨੂੰ ਪਤਾ ਨਹੀਂ ਹੈ ਲੇਕਿਨ ਉਸ ਟਾਈਮ ਮੁਗਲ ਸਲਤਨਤ ਹੁੰਦੀ ਸੀ ਅੱਜ ਮੁਗਲ ਸਲਤਨਤ ਦਾ ਝੰਡਾ ਮੁਗਲਾਂ ਦਾ ਝੰਡਾ نیچے ਕਰਾਤਾ ਲਾਲ ਕਿਲੇ 'ਤੇ 1783 ਮੈਂ ਭਗੈਲ ਸਿੰਘ ਨੇ ਔਰ ਨਿਸ਼ਾਨ ਸਾਹਿਬ ਉਹ ਝੁਲਾਇਆ ਥਾ ਨਾ उसी की वजह से तिरंगा झूल रहा 1947 से हमारे हिंदुस्तान के लाल किले में याद रखना निशान साहब केसरी का बहुत बड़ा कंट्रीब्यूशन है तिरंगे को सेफ करने में सेफ गार्ड करने में और इस देश की हिफाजत करने में तो निशान साहब को गालियां ना बगे पहली चीज तो मैं ठोक के जवाब देता हूं फिर ठीक है तो निशान साहब दे जेडी उंगल है ना कि निशान साहब ये निशान साहब की है वो खंडा वो मीरी पीरी है ਉਹ ਸਾਡੇ ਗੁਰੂ ਦੀ ਦਾਦੇ ਹਰਗੋਬਿੰਦ ਸਾਹਿਬ ਜੀ ਗੁਰਗੋਬਿੰਦ ਸਿੰਘ ਮਹਾਰਾਜ ਦੀ ਉਹ ਦਾਦ ਬਖਸ਼ੀ ਸਾਨੂੰ ਸਿੱਖਾ ਨੇ ਠੀਕ ਹੈ ਜਦੋਂ ਜੰਗਾ ਜੀ ਜਾਂਦੇ ਸੀ ਨਾ ਉਹ ਨਿਸ਼ਾਨ ਸਾਹਿਬ ਕੇਸਰੀ ਬਾਬਾ ਬੰਦਾ ਸਿੰਘ ਬਹਾਦਰ ਦੀਪ ਸਿੰਘ ਬਾਬਾ ਦੀਪ ਸਿੰਘ ਬਾਬਾ ਬਘੇਲ ਸਿੰਘ ਨਵਾਬ ਕਪੂਰ ਸਿੰਘ ਠੀਕ ਹੈ ਹਰੀ ਸਿੰਘ ਨਲਵਾ ਲੈ ਕੇ ਜਾਂਦੇ ਸੀ ਕਿ ਜਦੋਂ ਜਿੱਤ ਹੁੰਦੀ ਸੀ ਉੱਥੇ ਝੰਡਾ ਗੱਢਦੇ ਸੀ ਨਿਸ਼ਾਨ ਕੇਸਰੀ ਆਹ ਦੇਖ ਲਓ ਸਿੱਖਾ ਨੇ ਸਿੱਖਾ ਨੇ ਲੈ ਲਿਆ ਔਰ ਸਿੱਖਾਂ 'ਚ ਅਗਰ ਕੋਈ ਟੈਰੀਟਰੀ ਹੈ ਕੋਈ ਰਾਜ ਕਰਨ ਦਾ ਸੀਨ ਹੁੰਦਾ ਨਾ ਰਾਜ ਕਰਨ ਦਾ ਅਸੀਂ ਕਿਦੇ ਰਾਜ ਨਹੀਂ ਕੀਤਾ ਸਿੱਖਾਂ ਨੇ ਦਿਲਾਂ ਦੇ ਰਾਜ ਕੀਤਾ ਤੇ ਰਾਜ ਅਸੀਂ ਦਿੱਲੀੋਂ ਕਰ ਚੁੱਕੀ ਹੁੰਦੇ ਖਾਲਸਾ ਰਾਜ ਤੇ ਕਾਇਮ ਹੋ ਚੁੱਕਿਆ ਹੁੰਦਾ 1783 ਚ ਲੇਕਿਨ ਅਸੀਂ ਅਸੀਂ ਉਹ ਤਖਤ ਵਾਸਤੇ ਲੜਾਈ ਨਹੀਂ ਕੀਤੀ ਅਸੀਂ ਜੋ ਵੀ ਸਿੱਖਾਂ ਨੂੰ ਨੁਕਸਾਨ ਹਿੰਦੂਆਂ ਨੂੰ ਨੁਕਸਾਨ ਮੁਗਲਾਂ ਨੇ ਪਹੁੰਚਾਇਆ ਸੀ ਉਹਦਾ ਬਦਲਾ ਬਗੈਲ ਸਿੰਘ ਹੋਰਾਂ ਨੇ ਜੱਸਾ ਸਿੰਘ ਆਲੂ ਵਾਲੀ ਆ ਰਾਮਗੜੀਆ ਹੋਰਾਂ ਨੇ ਉਸ ਟਾਈਮ ਲੈ ਲਿਆ ਸੀ ਔਰ ਉਹਨਾਂ ਨੇ ਆ ਗੁਰਦੁਆਰੇ ਜਿਹੜੇ ਵੀ ਤੁਸੀਂ ਦੇਖਨੇ ਆ ਨਾ ਦਿੱਲੀ 'ਚ ਇਹਨਾਂ ਦੀ ਉਹ ਸਾਰੀ ਕੀਤੀ ਸੀ ਬਈ ਤਾਂ ਮੁਗਲ ਜਿੰਨੇ ਵੀ ਇਹਨਾਂ ਦੀ ਮੁਗਲਾਂ ਨੇ ਪੈਨਲਟੀ ਸ਼ਾਹ आलम 2 ਨੇ ਪੈਨਲਟੀ ਦਿੱਤੀ ਸੀ ਬਈ ਤੂੰ ਜਿੰਨਾ ਨੁਕਸਾਨ ਕੀਤਾ ਸਿੱਖ ਮੁਗਲੀ ਹਸਲਤਨਤ ਨੇ ਇੱਕ ਗੁਰਦੁਆਰਾ ਵਾਸਤੇ ਤੂੰ ਪੈਸੇ ਦੇ ਸਮਝ ਆਈ ਗੱਲ ਤੇ ਪਹਿਲਾਂ ਤੇ ਇਤਿਹਾਸ ਪੜੋ ਨਿਸ਼ਾਨ ਸਾਹਿਬ ਦਾ ਨਿਸ਼ਾਨ ਸਾਹਿਬ ਝੂਲਿਆ ਸੀ 1783 ਦੇ ਵਿੱਚ ਤਾਈਓ ਅੱਜ 1947 'ਚ ਕੇਸਰੀ ਤੁਹਾਡਾ ਤਿਰੰਗਾ ਉਹ ਝੂਲਦਾ ਹੈ ਕਿਉਂਕਿ ਮੁਗਲਾਂ ਮੁਗਲਾਂ ਨੂੰ ਅੰਗਰੇਜ਼ਾਂ ਨਾਲ ਕੇਸਰੀ ਨishan ਸਾਹਿਬ ਕਿਹਦੇ ਨਾਲ ਨਹੀਂ ਲੜਿਆ ਕਿਹਦੇ ਨਾਲ ਮੱਥਾ ਨਹੀਂ ਲਾਇਆ ਹੈ ਹੈ ਸਿੱਖ ਕੌਮ ਨੇ ਹਰ ਇਨਵੇਡਰ ਨਾਲ ਮੱਥਾ ਲਾਇਆ ਹੈ ਠੀਕ ਹੈ ਅੰਗਰੇਜ਼ਾਂ ਨਾਲ ਮੱਥਾ ਲਾਇਆ ਹੈ ਠੀਕ ਹੈ 1947 ਤੱਕ ਆਂਦੇ ਆਂਦੇ ਕਿੰਨੇ ਪੰਜਾਬੀ ਕਿੰਨੇ ਕਾਲਾ ਪਾਣੀ ਦੀ ਸਜ਼ਾ ਉਹਨਾਂ ਨੇ ਭੁਗਤੀ ਹੈ ਕਿੰਨੇ ਫਾਹੇ ਲੈ ਕੇ ਮਰ ਗਏ ਕਿੰਨੇ ਮਤਲਬ ਉਹਦੇ फांसी ਦੇ ਚੜਾਏ ਗਏ ਠੀਕ ਹੈ ਕਿਨੇ ਤੁਹਾਡੇ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਤੋਪਾਂ ਮੁਰੇ ਬਨ ਕੇ ਉਹਨਾਂ ਨੂੰ ਉਡਾਤਾ ਹੈ ਤੁਸੀਂ ਪਹਿਲਾਂ ਪੰਜਾਬੀਆਂ ਦਾ ਇਤਿਹਾਸ ਪੜੋ ਫਿਰ ਨਿਸ਼ਾਨ ਸਾਹਿਬ ਨੂੰ ਗਾਲਾਂ ਕਢਿਓ ਮੈਂ ਇਹ ਵੀ ਗੱਲ ਕਹਿਣਾ ਕਿ ਨਿਸ਼ਾਨ ਸਾਹਿਬ ਤੇ ਜੇ ਕੋਈ ਧਾਰਮਿਕ ਟਿੱਪਣੀ ਕਰੇਗਾ ਤੇ ਅਸੀਂ ਠੋਕਾਂ ਜਵਾਬ ਦੇਵਾਂਗੇ ਲੇਕਿਨ ਜੋ ਕੱਲ ਹੋਇਆ ਉਹ ਵੀ ਗਲਤ ਸੀ ਤੇ ਨਿਸ਼ਾਨ ਸਾਹਿਬ ਝੂਲਿਆ ਸੀ ਨਾ 1783 ਦੇ ਵਿੱਚ ਮੁਗਲਾਂ ਨੂੰ ਲਾਇਆ ਸੀ ਠੀਕ ਹੈ ਔਰ ਮੁਗਲਾਂ ਨੂੰ ਫੜ ਫੜ ਠੋਕੇ ਆ ਪਜਾ ਪਜਾ ਹਮੇਸ਼ਾ ਨਿਸ਼ਾਨ ਸਾਹਿਬ ਗੱਡੇ ਗੱਡੇ ਨੇ ਤੇ ਗੱਡਦੇ ਰਵਾਂਗੇ ਠੀਕ ਹੈ ਤੇ ਨਿਸ਼ਾਨ ਸਾਹਿਬ ਸਾਡਾ ਧਾਰਮਿਕ ਝੰਡਾ ਆ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ ਠੀਕ ਹੈ ਤੇ ਅੱਜ ਅਸੀਂ ਜਿੱਥੇ ਵੀ ਗਏ ਆ ਸਿੰਘਾਂ ਨੇ ਜਿੱਤ ਉਥੇ ਜਿੱਤ ਹੀ ਹਾਸਿਲ ਹੋਈ ਏ ਲੇਕਿਨ ਸਾਡਨੀ ਸਾਡੀ ਯੂਥ ਨੂੰ ਕੁਝ ਪਤਾ ਹੈ ਨਹੀਂ ਉਹ ਕੀ ਹੈ ਉਹ ਵਰਗਲੇ ਕੋਈ ਚਾਰ ਬੰਦੇ ਦੀਪ ਸਿੱਧੂ ਵਰਗੇ ਲੱਖੇ ਸਿਧਾਣੇ ਵਰਗੇ ਔਰ ਦੋ ਚਾਰ ਫੁੱਦੂ ਬੰਦੇ ਆ ਜਾਂਦੇ ਆ ਬਈ ਖਾਲਿਸਤਾਨ ਖਾਲਿਸਤਾਨ ਉਹ ਖਾਲਿਸਤਾਨ ਅਸੀਂ ਦੇਸ਼ ਨਹੀਂ ਜਿਤਨਾ ਇਹ ਸਾਡਾ ਕਿਸਾਨੀ ਮੁੱਦਾ ਆ ਕਿਸਾਨ ਆंदोलਨ ਨੂੰ ਕਿਸਾਨ ਆਗੂਆਂ ਦੇ ਨਾਲ ਜਾਂ ਕਿਸਾਨ ਆਗੂ ਜੋ ਚਾਰੇ ਉਹਨਾਂ ਦੇ ਹਿਸਾਬ ਨਾਲ ਚੱਲਣ ਦੋ ਔਰ ਇਹਨੂੰ ਇਹਨੂੰ ਖਰਾਬ ਨਾ ਕਰੋ ਯਾਰ ਇਹ ਮੇਰੀ ਹੰਬਲ ਰਿਕਵੈਸਟ ਹੈ ਬਾਕੀ ਸਭ ਚੜਦੀ ਕਲਾ 'ਚ ਰਹਿਣ ਮੇਰਾ ਕਿਸਨਰ ਕੋਈ ਵੈਰ ਨਹੀਂ ਠੀਕ ਹੈ ਲੇਕਿਨ ਮੈਂ ਜੋ ਬੋਲਣਾ ਸੱਚ ਬੋਲਣਾ ਠੀਕ ਹੈ। ਔਰ ਜਿਹੜੇ ਬੰਦੇ ਕੁੱਤੇ ਬਿੱਲੇ ਭੌਂਕ ਰਹੇ ਆ ਮੈਂ ਉਹਨਾਂ ਨੂੰ ਇਹ ਵੀ ਗੱਲ ਦੱਸਣਾ ਚਾਹੁੰਦਾ ਜਿਹੜੇ ਬੀ ਜੀ ਪੀ ਵਾਲੇ ਆ ਮੋਦੀ ਸਪੋਰਟਰ। ਕਈ ਮੇਰੇ ਕੋਲ ਐਸੇ ਵੀਡੀਓ ਵੀ ਆਏ ਤੇ ਫੋਟੋਆਂ ਵੀ ਨੇ ਮੈਂ ਅੱਜ ਕਮਿਊਨਿਟੀ ਟੈਪ ਤੇ ਪਾਵਾਂਗਾ ਜਿਹਦੇ ਵਿੱਚ ਬੀ ਜੀ ਪੀ ਦਾ ਝੰਡਾ ਤਿਰੰਗੇ ਤੋਂ ਉੱਤੇ ਲੱਗਿਆ ਹੋਇਆ ਹੈ। ਮੋਦੀ ਆਪ ਜਿਹੜਾ ਸਕਾਫ ਲਈ ਫਿਰਦਾ ਉਹਦੇ ਵਿੱਚ ਤਿਰੰਗਾ ਦਾ ਮੂੰਹ ਆਪਣਾ ਮੂੰਹ ਸਾਫ਼ ਕਰ ਰਿਹਾ। ਤੇ ਇਹ ਸਭ ਵੀ ਮੈਂ ਹਲੇ ਕਮਿਊਨਿਟੀ ਟੈਪ ਤੇ ਪਾਵਾਂਗਾ ਤੁਹਾਨੂੰ ਅਸਲੀਅਤ ਪਤਾ ਲੱਗੇਗੀ। ਠੀਕ ਹੈ ਸੋ ਜਿਹੜੇ ਇਹ ਹਿੰਦੂਤਵਾ ਜਾਂ ਐਕਸਟ੍ਰੀਮ ਸਪੋਰਟਰ ਨੇ ਖਾਲਿਸਤਾਨੀ ਐ ਐਕਸਵਾਈਜੀ ਇਹ ਪਾਸੇ ਹੋ ਜਾਣ ਮੈਂ ਰਿਐਲਿਟੀ ਦੱਸਦੀ ਐ ਨਾਲੇ ਮੇਰੇ ਕਿਸਾਨ ਵੀਰਾਂ ਨੂੰ ਇਹ ਮੇਰੀ ਉਹ ਐ ਕਿ ਜਿਹੜੇ ਵੀ ਅਸਲੀ ਕਿਸਾਨ ਸੀ ਉਹ ਕੱਲ ਮੁੜ ਗਏ ਸੀ ਜਲਦੀ ਲੇਕਿਨ ਜੋ ਖਲਾਰੇ ਪਾਣ ਵਾਲੇ ਸੀ ਹਲੇ ਵੀ ਉਹ ਲਾਲ ਖਿਲੇ ਚਾਗੇ ਸੀ ਤੁਸੀਂ ਸਾਰੇ ਇਹ ਸਾਰੇ ਪਤੰਦਰ ਜਿਹੜੇ ਨੇ ਦੀਪ ਸਿੱਧੂ ਲੱਖਾ ਸਿਧਾਣਾ ਇਹਨਾਂ ਤੋਂ ਦੂਰ ਰਹੋ ਹੋਰ ਵੀ ਸਿੰਗਰਾਂ ਤੋਂ ਇਹਨਾਂ ਨੇ ਆਪਣੀ ਦੁਕਾਨ ਚਲਾਣੀ ਐ ਦੋ ਗਾਣੇ ਕੱਢਣੇ ਨੇ ਔਰ ਕੰਮ ਖਰਾਬ ਕਰਨਾ ਐ ਯੂਥ ਵਰਗ ਲੈਗੀ ਠੀਕ ਐ ਫਿਰ ਇਹ ਹੀ ਸਭ ਹੋਣਾ ਬਾਕੀ ਰਹੀ ਕੋਈ ਫਿਰ ਸਾਡੇ ਧਾਰਮਿਕ ਅਗਰ ਕੋਈ ਧਾਰਮਿਕ ਐਂਗਲ ਦੇ ਕੇ ਕੋਈ ਸਾਨੂੰ ਟਿੱਪਣੀ ਕਰਦਾ ਤਾਂ ਫਿਰ ਸਾਨੂੰ ਦਬਾਅ ਦੇਣਾ ਪੈਂਦਾ ਬਾਕੀ ਜੈ ਹਿੰਦ ਜੈ ਭਾਰਤ ਦੋਸਤੋ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਚੜਦੀ ਕਲਾ ਰਹੋ ਹੱਸਦੇ ਵਸਦੇ ਰਹੋ